ਦੋਸਤੋ, ਕਨਵਰ ਗਰੇਵਾਲ ਦਾ ਸ਼ੋਅ ਚੱਲ ਰਿਹਾ ਸੀ ਅਤੇ ਉਹਨਾਂ ਨੂੰ ਆ ਗਈ ਇੱਕ ਗਾਣੇ ਦੀ ਫਰਮਾਇਸ਼। ਕਿਹੜੇ ਗਾਣੇ ਦੀ? ਵੇ ਮੈਂ ਇੰਨੀ ਵੀ ਨਾ ਪਾਈ ਜੱਟਾਂ ਕਾਲੀ, ਵੇ ਤੂੰ ਹੌਲੀ ਹੌਲੀ ਘਰ 'ਤੇ ਮਨਾ ਲਈ, ਵੇ ਦਿਲ ਨੇੜੇ ਆ ਕੇ ਦੇਖ ਲੈ, ਬਿਹਾਰ ਸਾਹ ਵਿੱਚੋਂ ਨਾਮ ਬੋਲੇ ਤੇਰਾ, ਕਿੰਨਾ ਕਰਦੀ ਹੈ ਜੱਟਾਂ ਜੱਟੀ ਤੇਰਾ, ਵੇ ਯਾਰੀ ਕਿਰਾਂ ਲਾ ਕੇ ਦੇਖ ਲੈ। ਇਹ ਗਾਣੇ ਦੀ ਫਰਮਾਇਸ਼ ਕਨਵਰ ਗਰੇਵਾਲ ਨੂੰ ਆਈ ਅਤੇ ਫਿਰ ਉਹ ਕੀ ਕਹਿੰਦੇ ਨੇ, ਇਹ ਜਿਹੜਾ ਗਾਣਾ ਮੈਨੂੰ ਗੌਰ ਤੂੰ ਕਹਿੰਦੇ ਹੈ, ਮੈਂ ਕਦੇ ਨਹੀਂ ਗਾਇਆ, ਸੱਚ ਕਹਿੰਦਾ, ਪਰ ਹੁਣ ਜਦੋਂ ਕਹਿੰਦੇ ਆ ਤਾਂ ਮੈਂ ਗਾਹ ਦੇਦਾ, ਜਿੱਦਾਂ ਕਿ ਵੀ ਆਉਂਦਾ ਗਾਹ ਦੇਦਾ। ਵਾਹ ਵਾਹ ਦੀ ਪਾਈ ਜੱਟਾਂ ਕਾਲੀ, ਪਰ ਬਾਬਾ ਕਹਿੰਦੀ ਸੀ ਕਿ ਕਾਲੀ ਪੂਰੇ ਟੋਏ ਤਾਂ ਕਾਲੀ ਦਾ ਕੰਮ ਕਦੇ ਨਹੀਂ ਹੋਏ, ਇਸ ਲਈ ਵੀ ਬਾਕੀ ਕਹਿੰਦੀ ਆ, ਵਾਹ ਵਾਹ ਦੀ ਵੀਰੀ ਪਾਈ ਜੱਟਾਂ ਕਾਲੀ, ਤੂੰ ਹੌਲੀ ਹੌਲੀ ਘਰ ਦੇ ਵਧਾ ਲਈ। ਹਾਂ, ਵਿਆਹ ਸ਼ਾਦੀ ਦੇ ਲਈ ਕਰਦਾ ਤਾਂ ਵਧਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਰਦਾ ਦੀ ਮਰਜ਼ੀ ਤੋਂ ਬਿਨਾਂ ਵਿਆਹ ਹੋਵੇ ਹੀ ਹੁੰਦਾ, ਜਿਵੇਂ ਬਿਨਾਂ ਪੈਰਾਸ਼ੂਟ ਤੋਂ ਛਾਲ ਮਾਰਦਾ ਫਿਰ ਕੀ ਹੁੰਦਾ, ਹਾਂ ਬੰਦਾ ਸਿੱਧਾ ਪੂੰਜੇ ਡਿੱਗਦਾ। ਇਸ ਲਈ ਵੀ ਬਾਕੀ ਕਹਿੰਦੀ ਹੈ, ਵੇ ਤੂੰ ਹੌਲੀ ਹੌਲੀ ਘਰ ਦੇ ਵਧਾ ਲਈ, ਦਿਲ ਦੇੜੇ ਆ ਕੇ ਦੇਖ ਲਾ, ਮੈਂ ਹਰ ਸਾਹ ਵਿੱਚੋਂ ਨਾਮ ਬੋਲੇ ਤੇਰਾ, ਮੈਂ ਖਸਮਾ। ਬਸ ਇਹਨੇ ਕਬੂਲ ਕਰਿਓ ਜੀ, ਕਿਉਂਕਿ ਮੇਰੀ ਬੇਬੇ ਕਹਿੰਦੀ ਸੀ ਕਿ ਡੇਰੇ ਵਿੱਚ ਸਾਧ ਕਚਰੀ ਬੜ ਬੜ ਨੱਚਦਾ, ਇਹਨਾਂ ਦੇ ਰੌਲੇ ਨਿਬੜ ਗਏ ਸੀ, ਇਹ ਦੁਨੀਆਦਾਰੀ ਦੇ ਬਾਜਰੇ ਤਾਂ ਬੜੇ ਛੋਟੇ ਹੈ, ਇਹ ਕਦੋਂ ਨਿਬੜਦੇ ਹੈ, ਉਹ ਜਦੋਂ ਬੰਦੇ ਲੱਜਣ ਚਾਰ ਤਾਂ ਰੌਲਾ ਮੁੱਕ ਜਾਂਦਾ, ਉਹ ਜਦ ਅੰਦਰੋਂ ਜੁੜ ਜੜ ਤਾਰ ਤਾਂ ਰੌਲਾ ਮੁੱਕ ਜਾਂਦਾ। ਦੋਸਤੋ, ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਨਿਊ ਮਲਟੀਮੀਡੀਆ ਚੈਨਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਦਿਓ ਪਲੀਜ਼। ਓਕੇ, ਥੈਂਕ ਯੂ।